ਆ ਤਸਵੀਰਾਂ ਦੇ ਵਿੱਚ ਦੇਖ ਰਿਹਾ ਸ਼ਖਸ ਜੋ ਕੂੜੇ ਦੇ ਵਿੱਚ ਲੰਮੇ ਪਿਆ ਹੋਇਆ ਹੈ। ਦਰਅਸਲ ਇਹ ਨਸ਼ੇ ਦੀ ਹਾਲਤ 'ਚ ਹੈ ਅਤੇ ਨਸ਼ੇ ਦੀ ਹਾਲਤ 'ਚ ਹੀ ਇਹ ਗੱਡੀ ਚਲਾ ਰਿਹਾ ਸੀ। ਗੱਡੀ ਕਾਫੀ ਤੇਜ਼ ਰਫ਼ਤਾਰ ਸੀ, ਸਿੱਧੀ ਲਿਆ ਕੇ ਇਸਨੇ ਗੱਡੀ ਖੰਭੇ ਦੇ ਵਿੱਚ ਮਾਰੀ, ਜਿਸ ਤੋਂ ਬਾਅਦ ਤੁਸੀਂ ਗੱਡੀ ਦਾ ਹਾਲ ਦੇਖ ਹੀ ਲਿਆ ਕਿ ਪੂਰੀ ਚਕਨਾ ਚੂਰ ਹੋ ਚੁੱਕੀ ਹੈ। ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਦੱਸ ਦਈਏ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਕਾਫੀ ਨਸ਼ੇ ਦੇ ਵਿੱਚ ਸੀ ਡਰਾਈਵਰ, ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋਇਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੱਖੋਵਾਲ ਰੋਡ ਨੇੜੇ ਲਾਈਟ ਦੇ ਖੰਭੇ ਦੇ ਵਿੱਚ ਜਾ ਕੇ ਇੱਕ ਟੈਕਸੀ ਟਕਰਾਈ ਹੈ। ਦਰਅਸਲ ਟੈਕਸੀ ਇੰਨੀ ਤੇਜ਼ੀ ਦੇ ਨਾਲ ਟਕਰਾਈ ਕਿ ਇਸਦੇ ਏਅਰਬੈਗ ਤੱਕ ਖੁੱਲ੍ਹ ਗਏ, ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ। ਪਰ ਵੱਡਾ ਹਾਦਸਾ ਹੋਇਆ, ਗੱਡੀ ਨੁਕਸਾਨੀ ਗਈ। ਦਰਅਸਲ ਇਹ ਗੱਡੀ ਜਿਹੜਾ ਡਰਾਈਵਰ ਹੈ ਉਹ ਕਿਰਾਏ 'ਤੇ ਲੈ ਕੇ ਚਲਾਉਂਦਾ ਸੀ ਅਤੇ ਗੱਡੀ ਦਾ ਮਾਲਕ ਵੀ ਬਾਅਦ ਦੇ ਵਿੱਚ ਪਹੁੰਚਦਾ ਹੈ ਅਤੇ ਉਸਦੇ ਵੱਲੋਂ ਕਈ ਹੋਰ ਗੱਲਾਂ ਆਖੀਆਂ ਗਈਆਂ। ਆਓ ਜਾਣਦੇ ਹਾਂ ਕਿ ਇਸ ਟੈਕਸੀ ਦੇ ਮਾਲਕ ਦਾ ਇਸ ਐਕਸੀਡੈਂਟ ਦੇ ਉੱਪਰ ਕੀ ਕਹਿਣਾ ਹੈ, ਕਿ ਉਹ ਪਹਿਲਾਂ ਤੋਂ ਜਾਣਦਾ ਸੀ ਕਿ ਟੈਕਸੀ ਡਰਾਈਵਰ ਸ਼ਰਾਬੀ ਹੈ ਜਾਂ ਫਿਰ ਇਹ ਹਾਦਸਾ ਹੋਣ ਤੋਂ ਬਾਅਦ ਉਸਨੂੰ ਅੱਜ ਪਤਾ ਚੱਲਿਆ ਅਤੇ ਉਸਦੀਆਂ ਅੱਖਾਂ ਖੁੱਲ੍ਹ ਗਈਆਂ। ਸਰ ਮੈਨੂੰ ਨਹੀਂ ਪਤਾ ਜੀ, ਮੈਂ ਤਾਂ ਜੀ ਓਨਰ ਆ ਗੱਡੀ ਦਾ ਜੀ, ਸਿੰਪਲ ਜੀ ਗੱਲ ਹੈ। ਡਰਾਈਵਰ ਜੀ ਅਸੀਂ ਰੱਖਿਆ ਜੀ, ਨਵਾਂ ਡਰਾਈਵਰ ਆ ਜੀ, ਆਪਾਂ ਗੱਡੀ ਸਿਰ ਦਿੱਤੀ ਜੀ, ਜਦੋਂ ਬੰਦਾ ਬਿਲਕੁਲ ਸਾਫ਼ ਸੁਥਰਾ ਸੀਗਾ, ਸਾਡੇ ਪਿੱਛੇ ਕੀ ਕਰ ਰਿਹਾ ਕੀ ਕਰ ਰਿਹਾ ਸਾਨੂੰ ਨਹੀਂ ਪਤਾ ਜੀ। ਗੱਡੀ ਹੈ ਟੈਕਸੀ ਹੈ ਜੀ, ਟੈਕਸੀ ਦੇ ਵਿੱਚ ਪੀਜੀ ਨੰਬਰ ਰਜਿਸਟਰਡ ਹੈ ਜੀ, ਹਲੇ ਦੋ ਦਿਨ ਨਾਲ ਪੁਰਾਣੀ ਮਹੀਨੇ ਗੱਡੀ ਹੈ। ਨੁਕਸਾਨ ਜੀ ਪੂਰੀ ਗੱਡੀ ਡੈਮੇਜ ਹੈ ਜੀ, ਸਾਡੇ ਕੋਲ ਲੱਖ ਡੇਢ ਲੱਖ ਇੰਜਨ ਡੈਮੇਜ ਹੈ, ਲੱਖ ਡੇਢ ਲੱਖ ਦਾ ਖਰਚਾ ਹੈਗਾ, ਵੱਧ ਹੀ ਹੋਣਾ ਜਿਹੜਾ ਬੰਦਾ ਉਹ ਤੁਸੀਂ ਲੈ ਗਏ ਹੋ। ਉਹ ਜੀ ਉਹਨੂੰ ਘਰੇ ਛੱਡ ਦਿੰਦੇ ਹਾਂ ਜੀ, ਬਸ ਉਹਨੂੰ ਘਰੇ ਛੱਡ ਦਿੰਦੇ ਹਾਂ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਰਹਿੰਦਾ ਜੀ ਪੀਆਰਐਸ ਨਗਰ। ਇਹ ਬੰਦਾ ਕਿੱਥੇ ਰਹਿੰਦਾ? ਇਹ ਰਹਿੰਦਾ ਜੀ ਡੁਗਰੀ ਜੈਨ ਮੰਦਿਰ ਦੇ ਕੋਲ ਚਾਂਦਰਾ ਰੋਡ। ਤੁਹਾਡਾ ਟੈਕਸੀ ਦਾ ਕੰਮ? ਸਾਡਾ ਟੈਕਸੀ ਦਾ ਕੰਮ। ਕੀ ਲੱਗਦਾ ਦਾਰੂ ਪੀ ਕੇ ਲੋਕਾਂ ਨੂੰ ਜਾਨ ਨੁਕਸਾਨ ਕਰ ਸਕਦਾ ਇਹ? ਇਹ ਕਰ ਸਕਦਾ ਜੀ, ਮੈਂ ਇੱਦਾਂ ਦੇ ਬੰਦੇ ਨੂੰ ਰੱਖਣਾ ਹੀ ਨਹੀਂ ਜੀ। ਮੈਂ ਜੀ ਇਹਨਾਂ ਨੂੰ ਛੱਡਤਾ ਕੰਮ 'ਤੇ ਜੀ, ਮੈਂ ਅੱਗੇ ਤੋਂ ਕੋਈ ਕਰਦਾ ਨਹੀਂ, ਵੈਸੇ ਤਾਂ ਇਨਕੁਆਇਰੀ ਕਰਦਾ ਹੁੰਦਾ ਜੀ, ਮੈਂ ਪੁਲਿਸ ਵਾਲੇ 'ਚ ਕਰਦਾ ਹੁੰਦਾ ਇਹ ਬੰਦੇ ਦੀ ਕੀਤੀ ਹੋਈ ਆ, ਪਰ ਮੈਨੂੰ ਨਹੀਂ ਪਤਾ ਪਿੱਛੋਂ ਕੀ ਕਰ ਰਿਹਾ ਜੀ। ਮੈਂ ਤਾਂ ਸਵੇਰੇ ਬੰਦੇ ਨੂੰ ਆਪਣੀ ਗੱਡੀ ਫੜਾ ਤੀ ਬਿਲਕੁਲ ਸਾਫ਼ ਸੁਥਰਾ, ਪਿੱਛੋਂ ਕੀ ਕਰ ਰਹੀ ਮੈਨੂੰ ਨਹੀਂ ਪਤਾ ਲੱਗਦਾ, ਕੋਈ ਗੱਡੀ 'ਚ ਕੈਮਰਾ ਕੁਛ ਨਹੀਂ ਲੱਗਿਆ ਜੀ, ਟਰੈਕਰ ਜ਼ਰੂਰ ਲੱਗਿਆ, ਗੱਡੀ ਟਰੈਕ ਕਰ ਲਿਆ ਜੀ ਗੱਡੀ ਦੀ, ਪਰ ਪਿੱਛੋਂ ਕੀ ਕਰ ਰਿਹਾ ਮੈਨੂੰ ਨਹੀਂ ਨਾ ਪਤਾ ਜੀ। ਹੋਇਆ ਕੁਛ ਨਹੀਂ ਹੈ ਨਾ, ਮੁੰਡਾ ਡਰਾਈਵਰ ਇੱਧਰ ਆ ਸੀ ਗੱਡੀ ਲੈ ਕੇ, ਉਤਾਰਨਾ ਸੀ ਤਾਂ ਬੀਜੇਪੀ ਦਫ਼ਤਰ ਡਿਊਟੀ ਲੱਗੀ ਹੋਈ ਸੀ, ਉੱਥੋਂ ਆਏ ਆ, ਦਾਰੂ ਪੀਤੀ ਸੀ, ਉਹਦੇ ਮਾਲਕ ਆ ਗਏ ਆ, ਹਸਪਤਾਲ ਗਏ ਆ, ਤਾਂ ਗੱਡੀ ਉਹਨਾਂ ਦੀ ਆ ਖੜੀ, ਕਹਿੰਦੇ ਟੋ ਕਰਕੇ ਲੈ ਜਾਣਾ ਕਰਕੇ। ਨਾ ਨਾ ਉਹ ਆਪ ਕੱਲਾ ਹੀ ਸੀਗਾ ਡਰਾਈਵਰ। ਕੀ ਹੋ ਗਿਆ? ਕਿਸੇ ਹੋਰ ਹਾਦਸਾ ਹੋਇਆ ਕਿਸੇ ਨਾਲ? ਨਾ ਨਾ ਉਹ ਸਾਹਮਣੇ ਖੰਭੇ 'ਚ ਲੱਗੀ ਗੱਡੀ। ਲੱਗਦੇ ਨਹੀਂ ਦਾਰੂ ਪੀ ਗੱਡੀ ਚਲਾ ਕੇ ਬਹੁਤ ਹੀ ਜਾਨ ਲੈ ਸਕਦਾ ਸੀ? ਲੈ ਸਕਦਾ, ਬਚਾਅ ਹੋ ਗਿਆ, ਖੰਭਾ ਕਰਕੇ ਬਚਾਅ ਹੋ ਗਿਆ। ਕੋਈ ਇਹ ਤੇ ਐਕਸ਼ਨ ਲਓਗੇ ਤੁਸੀਂ? ਹਾਂਜੀ ਕੋਈ ਐਕਸ਼ਨ ਹੋਵੇਗਾ ਜੀ। ਮੈਂ ਗਿਆ ਡਰਾਈਵਰ ਡਿਊਟੀ ਅਫਸਰ ਨੂੰ ਬੁਲਾਇਆ ਇੱਥੇ। ਕੀ ਲੱਗਦਾ ਕੀ ਲੋਕਾਂ ਨੂੰ ਮੈਸੇਜ ਹੋਊਗਾ ਦਾਰੂ ਪੀ ਗੱਡੀ ਚਲਾਉਂਦੇ ਨੇ? ਦਾਰੂ ਪੀ ਕੇ ਤਾਂ ਲੋਕ ਡੇ ਨਹੀਂ ਕਹਿੰਦੇ, ਇਹ ਤਾਂ ਮਾਲਕ ਨੂੰ ਵੀ ਕਹਿ ਤੁਸੀਂ ਸ਼ਰਾਬੀ ਅੱਜ ਹੀ ਰੱਖਿਆ ਡਰਾਈਵਰ ਇਹਨਾਂ ਨੇ, ਤੇ ਤੁਸੀਂ ਚੈੱਕ ਕਿਉਂ ਨਾ ਕੀ ਕੀਤਾ, ਪਤਾ ਲੱਗਿਆ ਜਾਂਦਾ ਦਾਰੂ ਪੀਤੇ ਆ ਜਿਹੜਾ ਦਾਰੂ। ਅਜੇ ਤਾਂ ਸਵਾਰੀ ਹੈ ਨਹੀਂ ਸੀ ਵਿੱਚ ਕੋਈ ਵੀ। ਟੈਕਸੀ ਹੈ ਕੋਈ ਜੀ? ਟੈਕਸੀ ਆ ਦਾ